ਇੱਕ ਭਿਆਨਕ ਹਾਦਸੇ ਦੀ ਤਸਵੀਰ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ, ਜਿਸ ਦੇ ਵਿੱਚ ਔਡੀ ਦੇ ਵੱਲੋਂ ਇੱਕ ਵਿਅਕਤੀ ਨੂੰ ਟੱਕਰ ਮਾਰੀ ਗਈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਦੋਂ ਬੰਦੇ ਨੂੰ ਟੱਕਰ ਮਾਰੀ ਤਾਂ ਬੰਦਾ ਹਵਾ ਦੇ ਵਿੱਚ ਹੀ ਕਈ ਫੁੱਟ ਉੱਪਰ ਉੱਛਲ ਕੇ ਜ਼ਮੀਨ ਦੇ ਨਾਲ ਵੱਜਦਾ ਹੈ ਅਤੇ ਗੱਡੀ ਉਸਨੂੰ ਰੋਂਦਦੀ ਹੋਈ ਅੱਗੇ ਨਿਕਲ ਜਾਂਦੀ ਹੈ, ਜਿਸ ਦੇ ਕਾਰਨ ਵਿਅਕਤੀ ਦੀ ਮੌਤ ਹੋ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਜਦੋਂ ਆਪਣੇ ਘਰ ਤੋਂ ਦੁੱਧ ਲੈਣ ਦੇ ਲਈ ਨਿਕਲਦਾ ਹੈ, ਜਿਵੇਂ ਹੀ ਉਹ ਦੁੱਧ ਲੈ ਕੇ ਵਾਪਸ ਜਾ ਰਿਹਾ ਹੁੰਦਾ ਹੈ ਤਾਂ ਰਸਤੇ ਦੇ ਵਿੱਚ ਚੁਰਾਹੇ ਦੇ ਉੱਤੇ ਕਿਹਾ ਜਾ ਰਿਹਾ ਕਿ ਇੱਕ ਔਡੀ ਗੱਡੀ ਕਾਫੀ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਹੈ ਅਤੇ ਬੇਕਾਬੂ ਹੁੰਦੀ ਹੈ ਅਤੇ ਆਉਂਦੇ ਸਾਰ ਹੀ ਜੋ ਬਜ਼ੁਰਗ ਵਿਅਕਤੀ ਹੁੰਦਾ ਹੈ ਉਸਨੂੰ ਟੱਕਰ ਮਾਰ ਦਿੰਦੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਬਜ਼ੁਰਗ ਵਿਅਕਤੀ ਹੈ ਉਹ ਹਵਾ ਦੇ ਵਿੱਚ ਉੱਛਲ ਕੇ ਜ਼ਮੀਨ ਦੇ ਨਾਲ ਵੱਜਦਾ ਹੈ, ਜਿਸ ਤੋਂ ਬਾਅਦ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਪਰ ਜਦੋਂ ਉਹ ਵਿਅਕਤੀ ਆਪਣੇ ਘਰ ਨਹੀਂ ਪਹੁੰਚਦਾ ਤਾਂ ਉਸਦੇ ਬੱਚੇ ਜਦੋਂ ਉਸਦੀ ਭਾਲ ਕਰਨੀ ਸ਼ੁਰੂ ਕਰਦੇ ਨੇ ਤਾਂ ਜਿਸ ਥਾਂ ਦੇ ਉੱਤੇ ਐਕਸੀਡੈਂਟ ਹੋਇਆ ਹੁੰਦਾ ਉੱਥੇ ਪਹੁੰਚਦੇ ਨੇ ਤਾਂ ਉੱਥੇ ਦੇਖਦੇ ਨੇ ਕਿ ਉਸਦੇ ਪਿਤਾ ਦੀ ਲਾਸ਼ ਪਈ ਹੈ। ਆਲੇ ਦੁਆਲੇ ਦੀ ਜਦੋਂ ਸੀਸੀਟੀਵੀ ਚੈੱਕ ਕੀਤੀ ਜਾਂਦੀ ਹੈ ਤਾਂ ਉਸਦੇ ਵਿੱਚ ਖੁਲਾਸਾ ਹੁੰਦਾ ਕਿ ਇੱਕ ਤੇਜ਼ ਰਫ਼ਤਾਰ ਔਡੀ ਕਾਰ ਨੇ ਇਸਨੂੰ ਟੱਕਰ ਮਾਰੀ ਹੈ। ਫਿਲਹਾਲ ਪੁਲਿਸ ਨੂੰ ਹੁਣ ਇਸਦੀ ਸੂਚਨਾ ਦਿੱਤੀ ਗਈ ਹੈ। ਪੁਲਿਸ ਦੇ ਵੱਲੋਂ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ, ਪਰ ਗੱਡੀ ਚਾਲਕ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਦੋ ਔਰਤਾਂ ਵੀ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਥਾਂ ਦੇ ਉੱਤੋਂ ਨਿਕਲ ਰਹੀਆਂ ਨੇ, ਪਰ ਹਾਲੇ ਤੱਕ ਜੋ ਕਾਰ ਚਾਲਕ ਹੈ ਉਸਦੀ ਪਹਿਚਾਣ ਕੋਈ ਵੀ ਨਹੀਂ ਹੋ ਪਾਈ ਹੈ ਕਿਉਂਕਿ ਉਹ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਦੇ ਵੱਲੋਂ ਹੁਣ ਆਲੇ ਦੁਆਲੇ ਲੱਗੇ ਹੋਰ ਵੀ ਸੀਸੀਟੀਵੀ ਫੁਟੇਜ ਚੈੱਕ ਕੀਤੇ ਜਾ ਰਹੇ ਨੇ ਤਾਂ ਜੋ ਗੱਡੀ ਦਾ ਨੰਬਰ ਕਢਾਇਆ ਜਾ ਸਕੇ ਅਤੇ ਆਖਰ ਪਤਾ ਲੱਗ ਸਕੇ ਕਿ ਆਖਰ ਇਹ ਹਾਦਸਾ ਵਾਪਰਿਆ ਕਿਵੇਂ ਹੈ। ਇੱਕ ਭਿਆਨਕ ਹਾਦਸੇ ਦੀ ਤਸਵੀਰ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ, ਜਿਸ ਦੇ ਵਿੱਚ ਔਡੀ ਦੇ ਵੱਲੋਂ ਇੱਕ ਵਿਅਕਤੀ ਨੂੰ ਟੱਕਰ ਮਾਰੀ ਗਈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਦੋਂ ਬੰਦੇ ਨੂੰ ਟੱਕਰ ਮਾਰੀ ਤਾਂ ਬੰਦਾ ਹਵਾ ਦੇ ਵਿੱਚ ਹੀ ਕਈ ਫੁੱਟ ਉੱਪਰ ਉੱਛਲ ਕੇ ਜ਼ਮੀਨ ਦੇ ਨਾਲ ਵੱਜਦਾ ਅਤੇ ਗੱਡੀ ਉਸਨੂੰ ਰੋਂਦਦੀ ਹੋਈ ਅੱਗੇ ਨਿਕਲ ਜਾਂਦੀ ਹੈ, ਜਿਸ ਦੇ ਕਾਰਨ ਵਿਅਕਤੀ ਦੀ ਮੌਤ ਹੋ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਜਦੋਂ ਆਪਣੇ ਘਰ ਤੋਂ ਦੁੱਧ ਲੈਣ ਦੇ ਲਈ ਨਿਕਲਦਾ ਹੈ, ਜਿਵੇਂ ਹੀ ਉਹ ਦੁੱਧ ਲੈ ਕੇ ਵਾਪਸ ਜਾ ਰਿਹਾ ਹੁੰਦਾ ਹੈ ਤਾਂ ਰਸਤੇ ਦੇ ਵਿੱਚ ਚੁਰਾਹੇ ਦੇ ਉੱਤੇ ਕਿਹਾ ਜਾ ਰਿਹਾ ਕਿ ਇੱਕ ਔਡੀ ਗੱਡੀ ਕਾਫੀ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਹੈ ਅਤੇ ਬੇਕਾਬੂ ਹੁੰਦੀ ਹੈ ਅਤੇ ਆਉਂਦੇ ਸਾਰ ਹੀ ਜੋ ਬਜ਼ੁਰਗ ਵਿਅਕਤੀ ਹੁੰਦਾ ਹੈ ਉਸਨੂੰ ਟੱਕਰ ਮਾਰ ਦਿੰਦੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਬਜ਼ੁਰਗ ਵਿਅਕਤੀ ਹੈ ਉਹ ਹਵਾ ਦੇ ਵਿੱਚ ਉੱਛਲ ਕੇ ਜ਼ਮੀਨ ਦੇ ਨਾਲ ਵੱਜਦਾ ਹੈ, ਜਿਸ ਤੋਂ ਬਾਅਦ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਪਰ ਜਦੋਂ ਉਹ ਵਿਅਕਤੀ ਆਪਣੇ ਘਰ ਨਹੀਂ ਪਹੁੰਚਦਾ ਤਾਂ ਉਸਦੇ ਬੱਚੇ ਜਦੋਂ ਉਸਦੀ ਭਾਲ ਕਰਨੀ ਸ਼ੁਰੂ ਕਰਦੇ ਨੇ ਤਾਂ ਜਿਸ ਥਾਂ ਦੇ ਉੱਤੇ ਐਕਸੀਡੈਂਟ ਹੋਇਆ ਹੁੰਦਾ ਹੈ ਉੱਥੇ ਪਹੁੰਚਦੇ ਨੇ ਤਾਂ ਉੱਥੇ ਦੇਖਦੇ ਨੇ ਕਿ ਉਸਦੇ ਪਿਤਾ ਦੀ ਲਾਸ਼ ਪਈ ਹੈ। ਆਲੇ ਦੁਆਲੇ ਦੀ ਜਦੋਂ ਸੀਸੀਟੀਵੀ ਚੈੱਕ ਕੀਤੀ ਜਾਂਦੀ ਹੈ ਤਾਂ ਉਸਦੇ ਵਿੱਚ ਖੁਲਾਸਾ ਹੁੰਦਾ ਹੈ ਕਿ ਇੱਕ ਤੇਜ਼ ਰਫ਼ਤਾਰ ਔਡੀ ਕਾਰ ਨੇ ਇਸਨੂੰ ਟੱਕਰ ਮਾਰੀ ਹੈ। ਫਿਲਹਾਲ ਪੁਲਿਸ ਨੂੰ ਹੁਣ ਇਸਦੀ ਸੂਚਨਾ ਦਿੱਤੀ ਗਈ ਹੈ। ਪੁਲਿਸ ਦੇ ਵੱਲੋਂ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ, ਪਰ ਗੱਡੀ ਚਾਲਕ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਦੋ ਔਰਤਾਂ ਵੀ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਥਾਂ ਦੇ ਉੱਤੋਂ ਨਿਕਲ ਰਹੀਆਂ ਨੇ, ਪਰ ਹਾਲੇ ਤੱਕ ਜੋ ਕਾਰ ਚਾਲਕ ਹੈ ਉਸਦੀ ਪਹਿਚਾਣ ਕੋਈ ਵੀ ਨਹੀਂ ਹੋ ਪਾਈ ਹੈ ਕਿਉਂਕਿ ਉਹ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਦੇ ਵੱਲੋਂ ਹੁਣ ਆਲੇ ਦੁਆਲੇ ਲੱਗੇ ਹੋਰ ਵੀ ਸੀਸੀਟੀਵੀ ਫੁਟੇਜ ਚੈੱਕ ਕੀਤੇ ਜਾ ਰਹੇ ਨੇ ਤਾਂ ਜੋ ਗੱਡੀ ਦਾ ਨੰਬਰ ਕਢਾਇਆ ਜਾ ਸਕੇ ਅਤੇ ਆਖਰ ਪਤਾ ਲੱਗ ਸਕੇ ਕਿ ਆਖਰ ਇਹ ਹਾਦਸਾ ਵਾਪਰਿਆ ਕਿਵੇਂ ਹੈ।